सत श्री अकाल दोस्तों, की हाल चाल है। मैं थोड़ा अपना वीरू गुड़े एक बार फिर तो नवा इंट्रस्टिंग ब्लॉग थोड़े को लेके आ रहे हैं। थोड़ी कचहरी में हाजिर होकर होना। अज आप पहुंचे हैं नानकसर कलेर के, जिथे कि अज तीन दिन का टूरनामेंट, बहुत तगड़ा टूरनामेंट हो रहा है। अच्छा लास्ट फाइनल डे है और इतने बहुत वधिया वधिया कास्को क्रिकेट की क्रीम पहुंची हुई है। गोलू भरतला, गग्गू रामपुरा और गग्गी जोधा जी, होर बहुत वधिया प्लेयर आए हुए हैं। पवन तो मिलावगा अपना नवी फाइनल तक पहुंची हुई वा ਸਨਮਾਨ कमेटी वालों जी बहुत वधिया उपराला किया गया वा। जिन्हें भी टीमों के सिख प्लेयर, सरदार प्लेयर, पग्गां वाले सरदार प्लेयर, किस्साकारी नौजवान खेडण वास्ते कमेटी वाले बहुत वधिया नौजवान क्रिकेट खेडण वास्ते आउंदे टीमां दे विच सारयां दा ही सम्मान किया जाता। कमेटी वालों बहुत वधिया उपराला वा। सारी कमेटियां नूं चाहीदा वा कि इदां सारे खिलाड़ियों की जेडे प्लेयर कहते अज प्रबंधकों के वालों सम्मान भी वीर ने जो किया बहुत वो मुबारकबाद है। वीर नगाइए वीर का बहुत वाला धन्यवाद। दोस्तों हम आप मिलते जा मिलान जा रहे हैं थोड़ा टूरनामेंट प्रबंधक कमेटी नाल जी, क्योंकि जितने ने बहुत वधिया उपराला किया वा। तो सत श्री अकाल दोस्तों जी, वीर जी पहले तो बहुत बहुत धन्यवाद, तुम इन्ना सोहना टूरनामेंट करवाया वा। तो थोड़ा जहा टूरनामेंट बारे दसो जी, अपना की प्राइज आ और की मैन ऑफ द सीरीज सारा वह दसो माड़ा जी। फर्स्ट प्राइज अपना 25,000 रुपया प्लस ट्रॉफी, सैकंड प्राइज है अपना 15,000 प्लस ट्रॉफी, वैट सीरीज है 4,400 अपने सिख प्लेयर आ रहे पगड़ी पग बंधे जो पदार जो बार रखे हुए हैं सम्मानित करते फुटबॉल की टीम है जी बहुत वधिया टूरनामेंट करा रही है। कमेटी भाई कमल होनी उन्होंने सू मतलब कि स्टेज किया इस चीज़ भी तुम्हें भी यह चीज़ करो, क्योंकि साड़ी फुटबॉल के टूरनामेंट के हर बार ये चीज़ होंगी है। सिख प्लेयर सम्मान भी किया जाता और उन्होंने भी काफ़ी तौर पर इन्होंने चीज़ों लिए थोड़ा किनवा टूरनामेंट है जी क्रिकेट का चौथा टूरनामेंट है जी। ਜਿਵੇਂ ਕਿ ਸਰ ਅੱਜ ਕੱਲ੍ਹ ਵੀਰੇ ਦੋ ਦੋ ਬਾਹਰੋਂ ਟੂਰਨਾਮੈਂਟ ਚੱਲਦੇ ਪਏ, ਸਾਰੇ ਪਾਸੇ ਬੜਾ ਕਰੇਜ਼ ਚੱਲਦਾ ਪਿਆ, ਤੁਸੀਂ ਇੱਕ ਵਾਰ ਆ ਕੇ ਟੂਰਨਾਮੈਂਟ ਕਰਾਇਆ, ਇਹਦੇ ਬਾਰੇ ਪੂਰੀ ਜੀ ਤੁਹਾਡਾ ਕੀ ਸੁਝਾਅ ਆ ਵੀ ਕੀ ਕਾਹਤੋਂ ਤੁਸੀਂ ਰੱਖਿਆ ਦੋ ਕਾਹਤੋਂ ਰੱਖੇ? ਦੋ ਬਾਹਰੋਂ ਦੇ ਵਿੱਚ ਯਾਰ ਵੀਰੇ ਟੀਮਾਂ ਨੂੰ ਖਰਚਾ ਵੱਧ ਪੈ ਜਾਂਦਾ। ਅੱਛਾ ਜੀ, ਹੁਣ ਐਡਜਸਟਮੈਂਟ ਵੀ ਵੀਰੇ ਕਰਨੀ ਔਖੀ ਹੋ ਜਾਂਦੀ ਆ ਫਿਰ ਟੀਮਾਂ ਨੂੰ, ਹੈ ਨਾ, ਉਹਦੇ ਕਰਕੇ ਸਾਡੇ ਨਾਲ ਆਪ ਦੇ ਨਾਲ ਵੀ ਹੁੰਦਾ। ਤਾਂ ਵੀਰੇ ਅਸੀਂ ਟੂਰਨਾਮੈਂਟ ਪਹਿਲਾਂ ਨਰੋੜ ਦੇ ਹੱਕ 'ਚ ਸੀਗੇ ਅਤੇ ਕੋਈ ਪ੍ਰੋਬਲਮ ਆਉਣ ਕਰਕੇ ਸਾਨੂੰ ਪਲੇਅਰ ਬਾਹਰੋਂ ਕਰਨਾ ਪੈ ਗਿਆ, ਫਿਰ ਵੀਰੇ ਇੱਕ ਬਾਹਰੋਂ ਤੋਂ ਹੀ ਕਰ ਤਾਂ ਕਰਕੇ ਟੂਰਨਾਮੈਂਟ ਨਾਲ ਜਿਹੜੇ ਪਲੇਅਰ ਖੇਡਦੇ ਆ ਬੱਚੇ ਨਵੇਂ ਉੱਠਦੇ ਆ, ਜਿਹੜਾ ਯੰਗ ਟੈਲੈਂਟ ਪਿੰਡਾਂ ਦੇ ਵਿੱਚ ਉੱਠਦਾ ਵਾ ਉਹ ਪਿੰਡ 'ਚ ਹੀ ਖਤਮ ਹੋ ਜਾਂਦਾ, ਇਹਦੇ ਕਰਕੇ ਵੀ ਕਿ ਪਿੰਡਾਂ ਵਾਲੇ ਬੱਚਿਆਂ ਨੂੰ ਜ਼ਿਆਦਾ ਮੌਕਾ ਮਿਲੇ। ਹਾਂਜੀ, ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਹੋਰ ਟੂਰਨਾਮੈਂਟ ਟੂਰਨਾਮੈਂਟ ਕਰਵਾਉਣੇ ਆ ਕਮੇਟੀ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਕਿ ਹੋਰ ਕੀ ਸੁਧਾਰ ਕੀਤਾ ਜਾ ਸਕਦਾ ਕ੍ਰਿਕਟ ਦੇ ਵਿੱਚ? ਅਸੀਂ ਵੀਰੇ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਖੇਡਾਂ ਨੂੰ ਪ੍ਰੇਰਿਤ ਕੀਤਾ ਜਾਵੇ, ਹਾਈ ਲੈਵਲ ਦੇ ਉੱਤੇ ਮੁੰਡੇ ਜਿਹੜੇ ਆ ਲੈ ਕੇ ਜਾਏ ਜਾਣ। ਪਿੰਡਾਂ ਦੇ ਵਿੱਚ ਬਹੁਤ ਛੁਪਿਆ ਹੋਇਆ ਡਾਰਕ ਹਾਰਸ ਜਿਹਨੂੰ ਕਹਿੰਦੇ ਆ ਆਪਾਂ ਟੈਲੈਂਟ ਬੈਠਾ ਵਾ ਛੁਪੇ ਰੋਸਟਮ ਪਲੇਅਰ, ਉਹਨਾਂ ਨੂੰ ਉੱਪਰ ਲਿਆਂਦਾ ਜਾਵੇ। ਔਰ ਇਹ ਇੱਕ ਬਹੁਤ ਵਧੀਆ ਪਲੇਟਫਾਰਮ ਆ ਕਿ ਅਸੀਂ ਜਿੱਦਾਂ ਸਾਡੇ ਪਿੰਡ ਹੁਣ ਫੁੱਟਬਾਲ ਕ੍ਰਿਕਟ ਦੇ ਟੂਰਨਾਮੈਂਟ ਅਲੱਗ ਅਲੱਗ ਹੋਣ ਲੱਗ ਗਿਆ, ਅਸੀਂ ਬਾਕੀ ਪਿੰਡਾਂ ਨੂੰ ਵੀ ਸੁਝਾਅ ਦੇਣਾ ਚਾਹੁੰਦੇ ਹਾਂ ਕਿ ਬਾਕੀ ਪਿੰਡ ਵੀ ਵੱਧ ਤੋਂ ਵੱਧ ਟੂਰਨਾਮੈਂਟ ਕਰਵਾਉਣ ਅਤੇ ਯੰਗ ਟੈਲੈਂਟ ਨੂੰ ਅੱਗੇ ਲੈ ਕੇ ਆਉਣ। ਤਾਂ ਮੈਂ ਪੂਰੀ ਜੀ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਆਪਣੇ ਪ੍ਰਬੰਧਕ ਕਮੇਟੀ ਵਾਲੇ ਮੈਂਬਰ ਖੜੇ ਆ, ਸਾਰਿਆਂ ਦਾ ਵੀਰਾਂ ਦਾ ਆਪਣੇ ਇੰਟਰੋਡਕਸ਼ਨ ਕਰਾਈ ਜਾਵੇ ਜੀ, ਨਾਮ ਦੱਸਿਆ ਜਾਵੇ ਇਹਨਾਂ ਦਾ ਜੀ। ਕਮਲ ਵੀਰੇ ਨੇ ਜੀ ਆਪਣੇ ਕਲੱਬ ਦੇ ਪ੍ਰਧਾਨ ਵੀ ਨੇ ਅਤੇ ਸਾਡੇ ਸਤਿਕਾਰਯੋਗ ਵੀ ਨੇ, ਸਾਡਾ ਹਰੇਕ ਵਾਰੀ ਸਾਥ ਦਿੰਦੇ ਵੀਰੇ। ਆਪਣੇ ਬਈ ਅਨਮੋਲ ਜੀ ਆ, ਇਹ ਵੀ ਫੁੱਟਬਾਲ ਪਲੇਅਰ ਨੇ ਵੀਰੇ,
ਤੇ ਵੀ ਆਪਣੇ ਨਾਲ ਖੜਦੇ ਆ ਮੁੰਡੇ ਨਾਲ ਮੁੰਡਾ ਜੋੜ ਕੇ ਸਾਡੇ ਕ੍ਰਿਕਟ ਪਲੇਅਰ ਸੀਨੀਅਰ ਪਲੇਅਰ ਬਾਈ ਹੈਗਾ ਜੀ ਤੇ ਸਾਡੇ ਨਾਲ ਹੁੰਦੇ ਆ ਵੀਰੇ ਹਰੇਕ ਸਾਲ ਟੂਰਨਾਮੈਂਟ ਤੇ ਬਾਈ ਟੋਨੀ ਜੀ ਕ੍ਰਿਕਟ ਪਲੇਅਰ ਮੌਜੂਦਾ ਵੀਰੇ ਤੇ ਕੋਚ ਵੀ ਸਾਡੀ ਟੀਮ ਦੇ ਕ੍ਰਿਕਟ ਦੇ ਤੇ ਸਾਮੀ ਵੀਰਾ ਮਨਿੰਦਰ ਬਾਈ ਇਹ ਸਾਡੀ ਟੀਮ ਦੇ ਕਪਤਾਨ ਵੀ ਆ ਵੀਰੇ ਮੌਜੂਦਾ ਤੇ ਕ੍ਰਿਕਟ ਪਲੇਅਰ ਵੀ ਨੇ ਹਨ ਆਪਣੇ ਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਸ ਮੈਨੇਜ ਕਮੇਟੀ ਨੇ ਸਾਨੂੰ ਆਪਣਾ ਟਾਈਮ ਦਿੱਤਾ ਵਾ ਸਾਡਾ ਕੀਮਤੀ ਟਾਈਮ ਤੇ ਅਸੀਂ ਚਾਹਾਂਗੇ ਤੁਹਾਡਾ ਇਹ ਟੂਰਨਾਮੈਂਟ ਆ ਬਹੁਤ ਸਕਸੈਸਫੁਲ ਹੀ ਔਰ ਬਹੁਤ ਲੋਕਾਂ ਤੱਕ ਪਹੁੰਚੇ ਤਾਂ ਕਿ ਲੋਕਾਂ ਨੂੰ ਹੋਰ ਵੀ ਤੁਹਾਡੇ ਸਿੱਖਣ ਨੂੰ ਮਿਲੇ ਧੰਨਵਾਦ ਬਹੁਤ ਬਹੁਤ ਤੁਹਾਡਾ ਜੀ ਤੁਸੀਂ ਦੇਖ ਸਕਦੇ ਹੋ ਲੰਗਰ ਦਾ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ ਜੀ ਇੱਥੇ ਵੋਟਾਂ ਕੌਂਕੇ ਵਾਲਾ ਕੌਂਕੇ ਮੁਟਕੀ ਵਾਲਾ ਵਾਹ ਵਾਹ ਮਿਹਰਬਾਨੀ ਕੋਈ ਨਹੀਂ ਮੈਂ ਵੀ ਛੱਕਦਾ ਕੋਈ ਦਿੱਕਤ ਨਹੀਂ ਤੁਸੀਂ ਦੇਖ ਸਕਦੇ ਹੋ ਇੰਨੀ ਠੰਡ ਦੇ ਵਿੱਚ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਲੰਗਰ ਦਾ ਕੋਈ ਵੀ ਕਿਉਂਕਿ ਦੂਰੋਂ ਦੂਰੋਂ ਪਲੇਅਰ ਆਉਂਦੇ ਆ ਜੀ ਪ੍ਰਸ਼ਾਦਾ ਉਹਨਾਂ ਵਾਸਤੇ ਜ਼ਰੂਰੀ ਆ ਅਤੇ ਨਾਲ ਹੀ ਉਹਦੇ ਸਾਡੇ ਵਿੱਚ ਚਾਹ ਦਾ ਵੀ ਪ੍ਰਬੰਧ ਕੀਤਾ ਗਿਆ ਵਾ ਇਹ ਤਾਂ ਸਾਡੇ ਅੱਜ ਦੇ ਟਾਈਮ ਦੇ ਸੁਪਰ ਸਟਾਰ ਜਿਨ੍ਹਾਂ ਨੂੰ ਕਹਿ ਰਹੀਏ ਕਿ ਅੱਜ ਕਾਸਕੋ ਕ੍ਰਿਕਟ ਦੀ ਰੀੜ੍ਹ ਦੀ ਹੱਡੀ ਬੋਲਿਆ ਜਾਂਦਾ ਪਵਨ ਸਵੱਦੀ ਪਵਨ ਕੀ ਹਾਲ ਆ ਪਵਨ ਕੀ ਆਪਣੇ ਕੱਲ੍ਹ ਪੂਲ ਵਾਲੇ ਦਿਨ ਅਜਰ ਥੋੜ੍ਹੇ ਮੈਂ ਕਮੈਂਟਰੀ ਪੜ੍ਹੇ ਸੀ ਕੀ ਚੱਕਰ ਕੀ ਸੀ ਪਿੰਡ ਦੀ ਟੀਮ ਦੇ ਵਿਰੁੱਧ ਅੰਗੇਜ ਖੇਡਣੇ ਹੋਈ ਪਰ ਬਿਜਲੀ ਗੱਲ ਕਿਸੇ ਨੂੰ ਨੀ ਪਤਾ ਹੁੰਦਾ ਤੂੰ ਥੋੜੀ ਬਿਜਲੀ ਗੱਲ ਕਲੀਅਰ ਕਰੋ ਅੱਛਾ 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 ਤੇ ਤੁਸੀਂ ਚਿੱਲੀ ਫਿਰੋਜ਼ਪੁਰ ਨਾਲ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਆ ਤੇ 34 ਰਨ ਦਾ ਟਾਰਗੇਟ ਸੀ ਪੂਰੇ ਓਵਰ ਦੇ ਮੈਚ ਦੇ ਵਿੱਚ ਪਹਿਲੇ ਓਵਰ 'ਚ ਹੀ ਬਣਾਉਂਦੇ ਸੀਗੇ ਕਿੱਦਾਂ ਦੀ ਫੀਲਿੰਗ ਆਈ ਅੱਜ ਲੱਗਦਾ ਵੀ ਬਣਾਓਗੇ ਫੁੱਟਬਾਲ ਟੀਮ ਨੂੰ ਵਿਨਰ ਬੈਸਟ ਆਫ ਲੱਕ ਪਵਨ ਜੀ ਜਦੋਂ ਦੇਖ ਸਕਦੇ ਹੋ ਜੀ ਮੁੱਖ ਮਹਿਮਾਨ ਦੇ ਤੌਰ 'ਤੇ ਸਾਡੇ ਕੋਲ ਪਹੁੰਚੇ ਹੋਏ ਨੇ ਸਾਡੇ ਪਿੰਡ ਦੇ ਪ੍ਰਬੰਧਕ ਮੁੱਖ ਮਹਿਮਾਨ ਆਪਣੇ ਮੇਨ ਸੱਜਣ ਮਿੱਤਰ ਸਾਡੇ ਜੋਤ ਕਲਾਰ ਦੀ ਜੋਤ ਕੀ ਹਾਲ ਚਾਲ ਹੈ ਕਲੀਅਰਾਂ ਜੋਤ ਕਲੀਅਰ ਆ ਨਾ ਇੱਕ ਜੋਤ ਕਲਾਰ ਨਾਮ 'ਚ ਆ ਜਾਂਦਾ ਵਾ ਅਤੇ ਸਾਡੇ ਪ੍ਰਬੰਧਕ ਸਾਡੇ ਸਿਆਣੇ ਬਜ਼ੁਰਗ ਜੀ ਬੈਠੇ ਨੇ ਅਤੇ ਟੂਰਨਾਮੈਂਟ ਦਾ ਆਨੰਦ ਲੈ ਰਹੇ ਨੇ ਅਤੇ ਹੋਰ ਵੀ ਇੱਧਰ ਬੈਠੇ ਆ ਦੇਖੋ ਜੀ ਦੇਖ ਸਕਦੇ ਤੁਸੀਂ ਪੂਰਾ ਐਨ ਮਾਹੌਲ ਗਰਮ ਹੋਇਆ ਆ ਇੰਨੀ ਠੰਡ ਦੇ ਵਿੱਚ ਵੀ ਲੋਕ ਦੇਖਣ ਆਏ ਆ ਮੈਚਾਂ ਨੂੰ ਇੰਦਰ ਕੀ ਹਾਲ ਚਾਲ ਆ ਇੰਨਾ ਮੈਚ ਨੂੰ ਲਾਈਟਲੀ ਕਿਉਂ ਲੈ ਲਏ ਮਗਲੇ ਬੋਲਾਂ ਦੇ ਪ੍ਰਭਾਵ ਤਾਂ ਪੈਂਦਾ ਤੁਹਾਡੀ ਅੱਜ ਕੱਲ ਇੰਟਰਵਿਊ ਬੜੀ ਵਾਇਰਲ ਹੋ ਰਹੀ ਕੱਲ 31-32 ਯਾਰ ਵੀਊ ਹੋ ਗਿਆ ਆਪਣੇ ਇੰਟਰਵਿਊ ਤੇ ਕਿੱਦਾਂ ਦੀ ਖੁਸ਼ੀ ਮਿਲੀ ਫਿਰ ਤੁਹਾਨੂੰ ਖੁਸ਼ੀ ਬਸ ਜੀ ਤੁਹਾਡੇ ਸਾਰੇ ਭਰਾਵਾਂ ਦੇ ਪਿਆਰ ਦੇ ਤੁਹਾਨੂੰ ਪਤਾ ਹੀ ਹੈ ਜਿਹੜੀ ਗੱਲ ਸੱਚ ਆ ਉਹ ਸੱਚ ਆ ਕਹਿਣੀ ਚਾਹੀਦੀ ਬੰਦੇ ਨੂੰ ਇਹ ਚੀਜ਼ਾਂ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਵੀਰੇ ਕੋਈ ਕਿ ਬੋਲਦਾ ਨਹੀਂ ਗਾ ਬੋਲਦਾ ਬੋਲੀ ਉਹ ਚੀਜ਼ ਤੇ ਲੋਕਾਂ ਨੇ ਪਿਆਰ ਦਿੱਤਾ ਕਿਉਂਕਿ ਅੱਜ ਕੱਲ੍ਹ ਨਾ ਲੋਕ ਝੂਠ ਨੂੰ ਬਾਹਲਾ ਉੱਤੇ ਟੱਕ ਲੱਗੇ ਉਹਦੇ ਸੱਚ ਨੂੰ ਬੋਲਦੇ ਨਹੀਂ ਹਾਂਜੀ ਉਹੀ ਗੱਲ ਆ ਲੋਕ ਝਿਜਕਦੇ ਆ ਇਹ ਚੀਜ਼ ਤੋਂ ਸੱਚ ਬੋਲਣ ਤੋਂ ਲੋਕਾਂ ਨੂੰ ਡਰ ਪਤਾ ਨਹੀਂ ਕਾਹਲਾ ਆਪਾਂ ਸੱਚ ਬੋਲੇ ਲੋਕਾਂ ਨੇ ਪਿਆਰ ਦਿੱਤਾ ਉਹ ਸ਼ੇਅਰ ਹੋਈਆਂ ਤੇ ਵਿਊ ਬਣੇ ਜੀ ਬਿਲਕੁਲ ਬਿਲਕੁਲ ਤੇ ਤੁਹਾਡੀ ਇੰਟਰਵਿਊ ਸ਼ੇਅਰ ਹੋਣ ਤੋਂ ਬਾਅਦ ਤੁਹਾਨੂੰ ਸਨਮਾਨ ਵੀ ਮੇਰੇ ਖਿਆਲ 'ਚ ਬੈਠ ਨਾਲ ਕੀਤਾ ਜਾਣਾ ਉਹ ਕਿਹੜੇ ਕੱਪ 'ਤੇ ਕੀਤਾ ਜਾਣਾ ਉਹ ਸਨਮਾਨ ਇਸੇ ਕੱਪ 'ਤੇ ਕੀਤਾ ਜਾਣਾ ਉਹ ਸਨਮਾਨ ਤਾਂ ਜੀ ਪਹਿਲਾਂ ਹੀ ਹੋਣਾ ਸੀਗਾ ਇੰਟਰਵਿਊ ਤੋਂ ਪਹਿਲਾਂ ਹੀ ਅੱਛਾ ਅੱਛਾ ਉਹ ਤਾਂ ਮੁੰਡਾ ਆਪਣਾ ਯਾਰ ਗਿਆ ਸੀਗਾ ਉਹਨੇ ਪਹਿਲਾਂ ਹੀ ਕਹਿ ਗਿਆ ਜਦੋਂ ਮੈਂ ਸੈੱਟ ਹੋ ਗਿਆ ਜਾ ਕੇ ਮੈਂ ਸਨਮਾਨ ਤੇ ਹੁਣ ਅੱਗੇ ਕੀ ਫਿਊਚਰ ਪਲੈਨਿੰਗ ਕੀ ਹੈ ਫਿਊਚਰ ਪਲੈਨਿੰਗ ਬਸ ਜੀ ਖੇਡਾਂਗੇ ਇੰਟਰਵਿਊ ਤੋਂ ਬਾਅਦ ਤੁਹਾਨੂੰ ਕਾਲ ਆਉਣ ਲੱਗ ਗਈਆਂ ਬਾਹਰਲੇ ਪਲੇਅਰਾਂ ਦੀਆਂ ਬਾਹਰਲੀ ਟੀਮਾਂ ਦੀਆਂ ਵੀ ਸਾਡੇ ਲਈ ਖੇਡੋ ਸਾਡੇ ਲਈ ਖੇਡੋ ਜੀ ਪਹਿਲਾਂ ਵੀ ਆਉਂਦੇ ਸੀ ਹੁਣ ਵੀ ਆਉਂਦੀਆਂ ਵਾ ਨਹੀਂ ਪਹਿਲਾਂ ਤੁਸੀਂ ਐਜ ਮਤਲਬ ਕਹਿਣ ਦਾ ਮਤਲਬ ਤੁਸੀਂ ਆਪਣੇ ਏਰੀਏ ਵਿੱਚ ਬਹੁਤ ਵੱਡਾ ਵੱਡਾ ਨਾਮ ਸੀਗਾ ਤੇ ਹੁਣ ਇੰਟਰਵਿਊ ਤੋਂ ਬਾਅਦ ਜਿਵੇਂ ਮਤਲਬ ਬਾਹਰਲੇ ਏਰੀਏ ਦੇ ਵਿੱਚ ਵੀ ਤੁਹਾਡਾ ਨਾਮ ਬਹੁਤ ਵਧੀਆ ਬਣ ਗਿਆ ਤੁਹਾਡਾ ਹਾਂਜੀ ਉਹ ਤਾਂ ਹੈ ਪਰ ਤੁਹਾਨੂੰ ਵੀ ਤੁਹਾਨੂੰ ਪਤਾ ਹੀ ਆਪਾਂ ਥੋੜ੍ਹੀ ਆਪ ਪਿੰਡ ਨੂੰ ਪਹਿਲ ਦੇ ਕੇ ਚੱਲਦੇ ਹਾਂ ਉਹਦੇ ਕਰਕੇ ਪਿੰਡ ਦੀ ਟੀਮ ਜਿੱਥੇ ਖੇਡਦੇ ਪਿੰਡ ਦੀ ਖੇਡਦੇ ਜਾਂ ਲੋਕਲ ਟੀਮ 'ਚ ਖੇਡ ਕੇ ਜ਼ਿਆਦਾ ਖੁਸ਼ੀ ਹਾਂ ਤੁਹਾਨੂੰ ਜ਼ਿਆਦਾਤਰ ਅਸੀਂ ਪਿੰਡ ਦੀ ਟੀਮ ਵਿੱਚ ਹੀ ਦੇਖਿਆ ਤੁਸੀਂ ਬਾਹਰ ਬਹੁਤ ਘੱਟ ਖੇਡਦੇ ਹੋ ਪਿੰਡ ਦੀ ਟੀਮ ਨੂੰ ਜ਼ਿਆਦਾ ਪਹਿਲ ਦਿੰਦੇ ਹਾਂ ਉਹੀ ਪਿੰਡ ਦੀ ਟੀਮ ਕਰਕੇ ਅਸੀਂ ਬਣੇ ਹਾਂ ਉਹਦੇ ਕਰਕੇ ਜੇ ਹੁਣ ਪਿੰਡ ਨੂੰ ਛੱਡਾਂਗੇ ਫਿਰ ਉਹ ਚੀਜ਼ ਗਲਤ ਹੋ ਜਾਂਦੀ ਹੈ ਪਲੇਅਰ ਲਈ ਚਲੋ ਬਹੁਤ ਬਹੁਤ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ ਸਾਰੇ ਪਾਸੇ ਕੱਲ੍ਹ ਕਿਵੇਂ ਆ ਕੀ ਗੱਲ ਨਾਰਾਜ਼ ਲੱਗਦਾ ਹੈਂ ਅੱਜ ਕੱਲ੍ਹ ਤੇਰਾ ਨਾਂ ਚੱਲਦਾ ਤਾਂ ਹੀ ਸਾਨੂੰ ਬੁਲਾਉਂਦਾ ਨਹੀਂ ਗਾ ਤੂੰ ਉਹ ਬਸ ਥੋੜ੍ਹੀ ਅੱਜ ਲੇਟ ਆਇਓ ਕੀ ਪਹਿਲਾਂ ਟੀਮ ਬੁਲਾ ਰਹੇ ਸੀ ਬਾਰ ਬਾਰ ਕੀ ਆਈ ਨਹੀਂ ਅੱਛਾ 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 ਤੇ ਹੁਣ ਅੱਗੇ ਕੀ ਨਾ ਮੈਚ ਕੀ ਤੁਹਾਡਾ ਘੰਗਰਾਣੀ ਨਾਲ ਤੇ ਕਰੋਗੇ ਬੱਲੇ ਬੱਲੇ ਅੱਜ ਕੋਈ ਅੱਜ ਕੱਲ੍ਹ ਤੁਹਾਡੀ ਖੰਡੂਰ ਦਾ ਨਾਮ ਚੱਲਦਾ ਸਾਰੇ ਪਾਸੇ ਪੂਰਾ ਐਨ ਖੰਡੂਰ ਖੰਡੂਰ ਹੋਈ ਪਈ ਆ ਪੂਰਾ ਤੇ ਕਾਲੂ ਖੰਡੂਰ ਹੋਵੇ ਤੇ ਤਰਨੀ ਖੰਡੂਰ ਹੋਵੇ ਤੇ ਟੀਮ ਜਿੱਤੇ ਨਾ ਕਿ ਹੋ ਸਕਦਾ
ਤੇ ਨਾਲ ਤੜਕਾ ਲੱਗ ਜਾਏ ਗੱਗੀ ਜੋਧਾ ਦਾ ਜੱਸਾ ਜੋਧਾ ਦਾ ਸਕੂਟਰ ਤੌਰ ਤੇ ਆਉਂਦਾ ਪੂਰਾ ਐਨ ਅੱਛਾ ਜੱਸਾ ਖੰਡੂਸਾਰੀ ਦੀ ਇੱਕ ਜੱਸਾ ਜੋਧਾ ਵਾਲਾ ਵੀ ਆਇਆ ਨਾ ਉਹਦੇ ਉਹ ਖੜਾ ਉਹਦੇ ਉਹਨੇ ਤਾਂ ਆਉਣੇ ਨੀ ਮੇਰੇ ਕੈਮਰੇ ਮੂਹਰੇ ਦੇਖੀ ਉਹਨੇ ਉਹ ਦੇਖੀ ਪਤਾ ਨੀ ਮੇਰੇ ਨਾਲ ਕੀ ਨੀ ਸੰਘਦਾ ਨੀ ਪਤਾ ਨੀ ਕੀ ਮੇਰੇ ਨਾਲ ਲਾਗ ਡਾਟਾ ਦੀ ਬਾਂ ਆਉਂਦਾ ਹੀ ਨੀ ਮੇਰੇ ਮੂਹਰੇ ਤੇ ਸਾਡੇ ਜੱਸਾ ਜੋਧਾ ਜੀ ਜੱਸਾ ਖੰਡੂਰ ਜੀ ਕੀ ਹਾਲ ਵੀਰੇ ਹੋਰ ਠੀਕ ਠਾਕ ਹੋ ਤੇ ਕਿਵੇਂ ਅੱਜ ਕਰੋਗੇ ਪੂਰੀ ਬੱਲੇ ਬੱਲੇ ਬਿਲਕੁਲ ਕੀ ਮੈਚ ਪਲੈਨਿੰਗ ਕੀ ਕਰੀਏ ਜੀ ਤੁਹਾਨੂੰ ਕੀ ਲੱਗਦਾ ਕੌਣ ਰਨ ਮਾਰੇਗਾ ਜ਼ਿਆਦਾ ਗੱਗੀ ਮਾਰੂਗਾ ਕਿ ਕਾਲੂ ਮਾਰੂਗਾ ਦੋਨੋਂ ਮਾਰਨਗੇ ਚਲੋ ਠੀਕ ਹੈ ਧੰਨਵਾਦ ਜੱਸਾ ਜੀ ਇਹਦੇ ਸਾਰੇ ਕਾਸਕੋ ਕ੍ਰਿਕਟ ਦੀ ਬਿਊਟੀ ਸਾਡੇ ਇਲਾਕੇ ਦੀ ਸ਼ਾਨ ਸਾਡੀ ਜਾਨ ਗੱਗੀ ਜੋਧਾ ਗੱਗੀ ਕੀ ਹਾਲ ਹੈ ਵੀਰੇ ਹੋਰ ਠੀਕ ਠਾਕ ਚੜ੍ਹਾਈ ਅੱਜ ਪੂਰੀ ਫੁੱਲ ਅੱਜ ਬਣਾਊਂਗਾ ਵੀ ਖੰਡੂਰ ਨੂੰ ਬਿਨਰ ਚਲੋ ਗੋਡਾ ਗੋਡਾ ਵਧੀਆ ਬੈਸਟ ਆਫ ਲੱਕ ਤੁਹਾਨੂੰ ਬਹੁਤ ਬਹੁਤ ਜੀ ਅਤੇ ਗੱਗੀ ਜੋਧਾ ਜੀ ਪ੍ਰੈਕਟਿਸ ਕਰਦੇ ਪਏ ਆ ਵਾਰਮ ਅਪ ਹੁੰਦੇ ਪਏ ਆ ਮੈਚ ਲਈ ਅਗਲਾ ਮੈਚ ਇਹਨਾਂ ਨੇ ਖੇਡਣਾ ਉਹਦੇ ਵਿੱਚ ਰੌਣਕ ਪੂਰੀ ਲੱਗੀ ਪਈ ਆ ਦੇਖੋ ਜੀ ਬਹੁਤ ਵਧੀਆ ਗਰਾਊਂਡ ਆ ਨਾਨਕਸਰ ਕਲੀਅਰਾਂ ਦਾ ਅਤੇ ਮਤਲਬ ਇੱਕ ਪਾਸੇ ਫੁੱਟਬਾਲ ਦਾ ਗਰਾਊਂਡ ਆ ਜਿਸ ਵਿੱਚ ਟੀਮਾਂ ਪ੍ਰੈਕਟਿਸ ਕਰ ਰਹੀਆਂ ਪਈਆਂ ਵਾ ਅਤੇ ਦੂਸਰੇ ਪਾਸੇ ਹੀ ਇੱਧਰ ਤੁਹਾਨੂੰ ਦਿਖਾਵਾਂਗੇ ਕ੍ਰਿਕਟ ਦਾ ਗਰਾਊਂਡ ਅਗਲਾ ਮੈਚ ਸ਼ੁਰੂ ਹੋਣ ਜਾ ਰਿਹਾ ਵਾ ਇੱਧਰ ਜੀ ਨਾਨਕਸਰ ਫੁੱਟਬਾਲ ਕਲੀਅਰਾਂ ਦੀ ਟੀਮ ਰੈਡੀ ਹੋ ਰਹੀ ਆ ਵਰਦੀਆਂ ਯੂਨੀਫਾਰਮ ਪਾ ਰਹੀ ਆ ਮੈਚ ਦੀ ਖਾਤਰ ਕਲੀਅਰਾਂ ਵਾਲੇ ਕੀ ਹਾਲ ਚਾਲ ਆ ਠੀਕ ਠਾਕ ਹੋ ਕੀ ਨਾ ਮੈਚ ਤੁਹਾਡਾ ਰਸ਼ੀਨ ਨਾ ਉਧਰ ਤੁਹਾਨੂੰ ਇਕੱਲਾ ਪਵਨ ਹੀ ਪੂਲ ਕਲੀਅਰ ਕਰਾ ਗਿਆ ਸੀ ਅੱਜ ਫਿਰ ਜੋਰ ਲਾਉਣਾ ਪਊਗਾ ਪੂਰਾ ਫਾਈਨਲ ਡੇ ਵਾਲ ਦਿਨ ਪ੍ਰੋਪਰ ਅਗਰ ਗਾਂ ਹੀ ਜ਼ਿਆਦਾ ਫਿੱਟ ਹੋਏ ਫਿਰ ਕਿਉਂਕਿ ਏਦਾਂ ਵਾ ਨਾ ਕਿਉਂਕਿ ਇੱਕ ਪਲੇਅਰ ਦੇ ਸੱਤੇ ਟੂਰਨਾਮੈਂਟ ਜਿੱਤਿਆ ਨਹੀਂ ਜਾ ਸਕਦਾ ਪੂਰੀ ਪੂਰੀ ਟੀਮ ਅਰਦਾਸ ਕਰਦੇ ਪਏ ਜੀ ਮੈਚ ਇਹਨਾਂ ਦਾ ਹੁਣ ਰਸ਼ੀਨ ਦੇ ਨਾਲ ਆ ਤੋ ਦੇਖਦੇ ਹਾਂ ਅੱਗੇ ਮੈਚ ਕੀ ਹੁੰਦਾ ਮਿਲਾਵਾਂਗੇ ਜੀ ਮੈਚ ਰਸ਼ੀਨ ਦੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਕੀ ਨਾਮ ਵੀਰੇ ਕਿਹੜਾ ਪਿੰਡ ਆ ਕੌਣ ਖੇਲਦਾ ਬਾਹਰ ਤੁਹਾਡੇ ਕੋਲ ਗੋਰਾ ਧੂਰੀ ਵਾਲਾ ਜੀ ਕਿਵੇਂ ਕੱਪ ਆਪਣੇ ਫੁੱਟਬਾਲ ਦੀ ਕਲੀਅਰਾਂ ਦੀ ਕਲੱਬ ਕਮੇਟੀ ਨਾਲ ਹੀ ਮੈਚ ਆ ਕਹਿਣ ਦਾ ਮਤਲਬ ਇੱਕ ਕਿਸਮ ਦਾ ਤੇ ਹੌਸਲਾ ਕੋਈ ਪੂਰਾ ਕੰਫੀਡੈਂਸ ਲੈਵਲ ਹੈਗਾ ਪੂਰਾ ਪੂਰਾ ਵੀਰੇ ਪੂਰਾ ਕੋਈ ਉਧਰ ਪਵਨ ਸਵਦੀ ਆ ਮੁੰਡਾ ਅੱਜ ਯੰਗ ਸਟਾਰ ਨਹੀਂ ਮੇਰੇ ਵੱਲ ਕੰਫੀਡੈਂਸ ਪੂਰਾ ਬਾਕੀ ਜੋ ਹੋਇਆ ਦੇਖੀ ਜਾਓ ਮੈਚ ਚਲੋ ਵਧੀਆ ਬੈਸਟ ਲੱਗ ਵੀਰੇ ਥੈਂਕ ਯੂ ਵੀਰੇ ਨਹੀਂ ਕਿਉਂਕਿ ਠੰਡ ਬਹੁਤ ਜ਼ਿਆਦਾ ਘਨਾਣੇ ਵਾਲੇ ਘਨਾਲੇ ਕੀ ਹਾਲ ਆ ਵੀਰੇ ਕਿਹਦੇ ਨਾਲ ਮੈਚ ਆ ਵੀਰੇ ਖੰਡੂਰ ਨਾਲ ਕੌਣ ਆ ਤੁਹਾਡੇ ਕੋਲ ਬਾਹਰੋਂ ਲੱਸੀ ਦਲਗੀ ਜ਼ਿਆਦਾ ਬਹੁਤ ਵਧੀਆ ਪਲੇਅਰ ਆ ਜੀ ਤੇ ਉਧਰ ਵੀ ਗੱਗੀ ਜੋਧਾ ਵਾਲਾ ਫੋਰ ਟਰੈਕਟਰ ਦਾ ਜੇਤੂ ਖੜਾ ਵਾ ਤੇ ਕੋਈ ਡਾਵਾਡੋਲ ਤਾਂ ਨਹੀਂ ਹੋ ਰਹੇ ਦੇਖ ਕੇ ਟੈਨਸ਼ਨ ਨਹੀਂ ਕੋਈ ਵੀ ਤੇ ਕੋਈ ਪਲੈਨਿੰਗ ਕੀਤੀ ਗਈ ਆ ਮੈਚ ਨੂੰ ਲੈ ਕੇ ਜੀ ਮੈਨੂੰ ਦੱਸ ਦਿਓ ਕਿ ਮੈਂ ਤਾਂ ਬਲੌਗ ਤਾਂ ਮੈਂ ਕੱਲ ਨੂੰ ਅਪਲੋਡ ਕਰਨਾ ਕੋਈ ਇੱਦਾਂ ਦੀ ਅੱਛਾ ਅੱਛਾ ਹਾਂ ਹਾਂ ਕੋਈ ਨੀ ਮੈਨੂੰ ਦੱਸ ਦੋ ਮੈਂ ਕਿਹੜਾ ਉਹਨੂੰ ਦਿਖਾ ਦੇਣੀ ਮੈਂ ਤਾਂ ਕੱਲ ਨੂੰ ਮੈਂ ਤਾਂ ਕੱਲ ਨੂੰ ਅਪਲੋਡ ਕਰ ਕਿਉਂਕਿ ਬਲੌਗ ਤਾਂ ਮੈਂ ਕੱਲ ਨੂੰ ਅਪਲੋਡ ਕਰਨਾ ਅੱਜ ਤਾਂ ਕਰਨਾ ਨੀ ਹਾਂਜੀ ਚਲੋ ਵੀਰੇ ਬੈਸਟ ਲੱਕ ਤੁਸੀਂ ਹਾਂਜੀ ਹੋਰ ਟਰੈਕਟਰ ਜਿੱਤ ਕੇ ਜਦੋਂ ਪਿੰਡ ਵਿੱਚ ਗਏ ਬੜਾ ਸਨਮਾਨ ਹੋਇਆ ਤੁਹਾਡਾ ਬੜਾ ਮਤਲਬ ਢੋਲ ਦੇ ਨਾਲ ਤੁਹਾਨੂੰ ਇੰਟਰ ਕੀਤਾ ਗਿਆ ਪਿੰਡ ਦੇ ਵਿੱਚ ਮਤਲਬ ਮੈਂ ਕੱਲ੍ਹ ਪਰਸੋਂ ਇੱਕ ਇੰਟਰਵਿਊ ਲੈ ਕੇ ਆਇਆ ਮੁੰਡਿਆਂ ਦੀ ਫੁੱਟਬਾਲ ਖੇਡਦੇ ਆ ਮੁੰਡੇ 50 ਕੱਪ ਜਿੱਤ ਚੁੱਕੇ ਆ ਉਹ ਅਤੇ 50 ਕੱਪ ਜਿੱਤਣ ਤੋਂ ਬਾਅਦ ਕਹਿੰਦੇ ਯਾਰ ਸਾਨੂੰ ਪਿੰਡਾਂ ਦੀ ਕੋਈ ਸਪੋਰਟ ਨਹੀਂ ਅਤੇ ਤੁਹਾਨੂੰ ਪਿੰਡਾਂ ਦੀ ਪੂਰੀ ਸਪੋਰਟ ਆ ਤੁਹਾਨੂੰ ਤੁਸੀਂ ਮਤਲਬ ਤੁਹਾਨੂੰ ਕਿੱਦਾਂ ਦੀ ਫੀਲਿੰਗ ਆਈ ਵੀ ਕੈਨੇਡਾ ਦੀ ਲੋਕ ਤੱਕ ਤਰਸਦੇ ਕੈਨੇਡਾ ਜਾਣ ਨੂੰ ਤੁਸੀਂ ਕੈਨੇਡਾ ਤੋਂ ਇੰਡੀਆ 'ਚ ਵਾਪਸ ਆ ਗਏ
वापस आ गए क्रिकेट में फिर टाइम दिता फिर जित के बोर्ड चेक जित लिया तो उधर कि फीलिंग तुम्हें आई इदा नहीं मैं और दसो वधिया लगता जी खेडने आप मैं प्रोफेशन नहीं खेलता मैं शौक है खेलने का पता खेली का खुशी मिलती है खेड के पिंड वाले वालों कि साथ मिलता मतलब जी इन्ना साथ भी नहीं मिलता विरोध भी नहीं करता कोई अपना खेली जाने अच्छा अच्छा अपनी टीम तक नहीं पाई जमूर कितने खेलोगे इन्हें ने अपन पहला तो क्या जी खेडन अपने लिहाज जी नहीं पूरे फ्रेंड ने अपने अच्छा इन्होंने आप जवाब नहीं देंगे ठीक है जी वो दसो कमालपुरे तो भी मेरे ग्यारह वॉशिंग मशीन तो उदो भी तुम ट्रक भर के कहते लैके बड़ा इज्जत मान हुई थी तो जो तुम इतना पिंड जाने हो तो मतलब पिंड की फीलिंग तो तुम बहुत ज्यादा आती कि अभी पिंड वास्ते कुछ कर रहे हैं पिंड ने मतलब बहुत एप्रीशिएट कर रहे जित गया मतलब तो बहुत एप्रीशिएट कर रहे मतलब कोई फाइनैशियल सपोर्ट इतना का नहीं है कुछ खुश बहुत होंगे फाइनैशियल सपोर्ट तुम कि नहीं चाहोगे पिंड जिमें आप होंगे कि पिंड ਪੰਚਾਇਤ ਵਗੈਰਾ ਖਰਚਾ ਕਰਦੀ ਹੈ ਨਾ ਟੀਮ 'ਤੇ ਉਹ ਚੀਜ਼ ਨਹੀਂ ਹੈਗੀ ਖਰਚਾ ਅਸੀਂ ਆਪਦਾ ਆਪਣੀ ਕਰਦੇ ਜਾਂਦੇ ਹਾਂ ਕਿਤੇ ਓਕੇ ਅੱਜ ਦੇ ਟਾਈਮ ਵਿੱਚ ਬੱਚੇ ਜੇ ਗੱਲ ਕਰੀਏ ਤਾਂ ਯੋਧਾ ਦਾ ਪੂਰਾ ਨਾਮ ਚੱਲਦਾ ਸਾਰੇ ਪਾਸੇ ਜੇ ਪੂਰੇ ਪੰਜਾਬ 'ਚ ਕਹਿ ਲਈਏ ਅਤੇ ਜਿੱਥੇ ਵੱਡੇ ਵੱਡੇ ਕੱਪ ਹੁੰਦੇ ਉੱਥੇ ਯੋਧਾ ਟੀਮ ਐਂਟਰ ਹੁੰਦੀ ਹੈ ਅਤੇ ਉਹ ਤਕਰੀਬਨ ਉੱਥੇ ਜਿੱਤਦੀ ਵੀ ਆ ਨਹੀਂ ਜਾਏ ਅਗਰ ਦੇਖੋ ਜਿੱਤ ਹਾਰ ਦੇਖੋ ਨਸੀਬ ਦਾ ਹਿੱਸਾ ਵਾ ਮਤਲਬ ਕਹਿਣ ਦਾ ਮਤਲਬ ਵੀ ਉਹ ਟੋਪ 8 ਵਿੱਚ ਤਾਂ ਕੁਆਲੀਫਾਈ ਕਰੀ ਜਾਂਦੀ ਹੈ ਤੁਹਾਡੀ ਟੀਮ ਦੇ ਵਿੱਚ ਤੁਹਾਨੂੰ ਕਿਵੇਂ ਕੀ ਲੱਗਦਾ ਹੁੰਦਾ ਯਾਰ ਕਿ ਮੈਂ ਅਗਰ ਆਊਟ ਹੋ ਗਿਆ ਤਾਂ ਉਹ ਟੀਮ ਨੂੰ ਅੱਗੇ ਲੈ ਕੇ ਤੱਕ ਚਲੇ ਜਾਊਗਾ ਕਿਹੜਾ ਪਲੇਅਰ ਤੁਹਾਨੂੰ ਲੱਗਦਾ ਵਾ ਸਾਡੇ ਸਾਰੇ ਪਲੇਅਰ ਹੀ ਵਧੀਆ ਸਾਡੇ 7-8 ਬੰਦੇ ਆ ਜਿਹੜੇ ਛੱਕੇ ਮਾਰ ਸਕਦੇ ਜਿਵੇਂ ਕਿ ਤੂੰ ਤੁਹਾਡੀ ਟੀਮ ਦਾ ਤੁਹਾਡੀ ਟੀਮ ਤਾਂ ਵੈਸੇ ਹੀ ਪੂਰੀ 5-7 ਪਲੇਅਰ ਸਾਰੀ ਵਧੀਆ ਵਾ ਅਤੇ ਉੱਪਰ ਦੇ 2 ਪਲੇਅਰ ਬਾਹਰੋਂ ਵਾਲੇ ਵਿੱਚ 2 ਪਲੇਅਰ ਹੋਰ ਤਕੜੇ ਮਿਲ ਜਾਂਦੇ ਆ ਤੁਹਾਡੀ ਭਾਗਾ ਹੋ ਜਾਂਦਾ ਹਾਂਜੀ ਕਈ ਵਾਰ ਤਾਂ ਹੁਣ ਜਿਵੇਂ ਪਿਛਲੇ ਬੰਦੇ ਬੈਟਿੰਗ ਨਹੀਂ ਆਉਂਦੀ 3-4 ਵਧੀ ਖੇਡਦੇ ਮਿਲ ਜਾਂਦੇ ਆ ਤੁਹਾਡੀ ਟੀਮ ਦੇ ਵਿੱਚ ਮੈਂ ਇੱਕ ਇੰਟਰਵਿਊ ਕਰੀ ਸੀ ਤਾਰਾ ਯੋਧਾ ਨੇ ਬੜਾ ਮਤਲਬ ਫਾਈਨੈਂਸ਼ੀਅਲ ਤੌਰ 'ਤੇ ਬੱਚਾ ਠੀਕ ਆ ਥੋੜ੍ਹਾ ਜਿਹਾ ਅਤੇ ਉਸ ਨੂੰ ਲੈ ਕੇ ਤੁਹਾਡੀ ਪਿੰਡ ਵਾਲਾ ਕੋਈ ਸਪੋਰਟ ਨਹੀਂ ਮਿਲੀ ਪਿੰਡ ਵਾਲੇ ਕਰਦੇ ਜੀ ਉਸ ਨੂੰ ਲੈ ਕੇ ਸਾਡੇ ਫਰੈਂਡ ਨੇ ਐਨਆਰ ਆਈ ਨੇ ਮਤਲਬ ਪਿੰਡ ਦੇ ਉੱਦਾਂ ਨਹੀਂ ਪਿੰਡ ਦੇ ਲੋਕਾਂ ਦੇ ਕਹਿੰਦੇ ਸਾਡੇ ਨਾਲ ਖੇਡਦੇ ਹੁੰਦੇ ਮੁੰਡੇ ਪਹਿਲਾਂ ਐਨਆਰ ਆਈ ਨੇ ਬਾਹਰ ਚਲੇ ਉਹ ਬਹੁਤ ਸਪੋਰਟ ਕਰਦੇ ਉਹਦੀ ਉਹਨੇ ਘਰ ਪਾਉਣਾ ਮਾਣਾ ਕਹਿੰਦੇ ਜਿੰਨਾ ਵੀ ਖਰਚਾ ਹੋਇਆ ਰਹਿੰਦਾ ਮੈਂ ਘਰ ਪਾਉਣਾ ਮਤਲਬ ਅਸੀਂ ਕਰਾਂਗੇ ਅਸੀਂ ਵੀ ਜੇ ਤੁਸੀਂ ਜਿੱਤਦੇ ਜੁੱਤਦੇ ਹਾਂ ਮਤਲਬ ਕੋਈ ਨਹੀਂ ਹੁੰਦਾ ਜਿਹੜੇ ਤੋਂ ਨਹੀਂ ਹੁੰਦੀ ਨਾਰੇ ਕੋਈ ਜੁੜਦਾ ਕੋਈ ਜੁੜਦਾ ਹਾਂ ਮੈਂ ਕਿਹਾ ਕਿ ਤੁਸੀਂ ਮੈਂ ਬੱਦੋਵਾਲ ਮਿਲਿਆ ਸੀ ਤੁਹਾਨੂੰ ਬੱਦੋਵਾਲ ਤੁਸੀਂ ਆਏ ਨਹੀਂ ਸੀਗੇ ਤੋ ਉਹਨੇ ਮੈਂ ਦੱਸਿਆ ਸੀ ਕਿ ਮੈਂ ਮਤਲਬ ਘਰ ਦਾ ਖਾਣਾ ਬਣਾ ਕੇ ਆਇਆ ਮੈਚ ਖੇਡਣ ਵਾਸਤੇ ਬੜੀ ਮੈਂ ਮਤਲਬ ਦਾਦੀ ਜੀ ਨੇ ਕਰੇ ਮੰਮੀ ਡੈਡੀ ਡੈਡੀ ਦੇ ਪਹੁੰਚ ਚਲੋ ਤੁਹਾਡਾ ਬਹੁਤ ਧੰਨਵਾਦ ਅੱਗੇ ਜੀ ਅਤੇ ਅਸੀਂ ਚਾਹਵਾਂਗੇ ਤੁਸੀਂ ਦਿਨ ਦੁੱਗਣੀ ਰਾਤ ਚੋਂ ਤਰੱਕੀ ਬਖਸ਼ੇ ਤੁਹਾਨੂੰ ਫਰਮਾ ਦੇਵਾਂ ਅਤੇ ਯੋਧਾ ਨਾਮ ਹੋਰ ਵੀ ਅੱਗੇ ਤੱਕ ਉੱਪਰ ਲੈਵਲ ਤੱਕ ਲੈ ਕੇ ਜਾਵਾਂਗੇ ਇੰਦਰ ਕੌਂਕੇ ਦਾ ਜੀ ਸਨਮਾਨ ਸਾਡੇ ਕੈਨੇਡਾ ਵਾਲੇ ਬਣੇ ਵੱਲੋਂ ਬੈਟ ਦੇ ਨਾਲ ਕੀਤਾ ਗਿਆ ਸਨਮਾਨ ਇੰਦਰ ਕੌਂਕੇ ਦੇਖ ਸਕਦੇ ਹਾਂ ਬਹੁਤ ਵਧੀਆ ਪਲੇਅਰ ਹੈ ਜੀ ਇੰਦਰ ਕੌਂਕੇ ਥੋੜ੍ਹੇ ਦਿਨ ਪਹਿਲਾਂ ਇੰਟਰਵਿਊ ਬਹੁਤ ਵਾਇਰਲ ਹੋਈ ਸੀ ਵੀਰ ਦੀ ਅਤੇ ਕਿਵੀ ਬੈਟ ਨਾਲ ਸਨਮਾਨ ਕੀਤਾ ਗਿਆ ਇੰਦਰ ਕੌਂਕੇ ਨੂੰ ਧੰਨਵਾਦ ਜੀ ਬਹੁਤ ਬਹੁਤ ਸਾਰਿਆਂ ਦਾ ਪੂਰਾ ਸਵਾਦ ਆ ਮੈਚ ਦੇ ਪੂਰਾ ਸਵਾਦ ਆ ਬਹੁਤ ਤਕੜਾ ਮੈਚ ਚੱਲਦਾ ਪਿਆ ਜੀ ਖਡੂਰ ਦਾ ਅਤੇ ਪੱਪੀਆਂ ਦਾ ਗੱਗੀ ਜੋਧਾ ਨੇ ਸਿਰਾ ਕਰਵਾਤਾ ਜੀ ਉੱਧਰੋਂ ਗੁਰੂ ਭੱਟ ਨੇ ਸਿਰਾ ਕਰਵਾ ਦਿੱਤੀ ਉੱਧਰ ਗੱਗੀ ਜੋਧਾ ਸਿਰਾ ਕਰਵਾਤਾ ਗੱਡੀ ਦੇ ਪੱਤੇ ਬੋਲੇ
सिरा करवाता गद्दी जोधा ने भी सिरा करवाता। करनी भी पहले ओवर च आउट हो गया, कालू भी पहले ओवर च आउट हो गया, गद्दी जोधा ने सिरा करवाता मैच का, कल्ले ने जिताता मैच। एमएनई फोर जीते हैं मुंडे ने। सिरा करवाता गद्दी जोधा ने भी सिरा। चौदह बल्ला छपंजे रन बना के सिरा करवाता गद्दी जोधा ने। लो जी फाइनल मैच की शुरुआत हो रही है जी। साढ़े मुख्य मेहमान आए ने सरपंच साहब और टीम ने जान पछाण की है जी। फाइनल मैच की तैयारी हो चुकी है तो आज के दिन का लास्ट मैच फाइनल होगा। तीजा पा रहा है जी सरपंच साहब छोटी टीम दे रहे जी, टीम ने तीजा प्राइज तीजा नाम प्राप्त किया वा डांसर क्लियर। चौथा नाम प्राप्त किए पप्पिया जी नागपुर क्लियर तो प्राइज प्राप्त करे सरपंच साहब तो पप्पिया जी टीम और जिन्हें भी गुरसिख प्लेयर खेलते हैं टीम के बच्चे किसी धारी खेलते उन्होंने भी विशेष सम्मान किया गया कमेटी वालों। ਸਾਡੇ ਬਹੁਤ ਸਤਿਕਾਰ ਜੋ ਗੁਰੂ ਭਰ ਜੀ ਦਾ ਸਨਮਾਨ ਜੀ ਪੱਪੀਆਂ ਟੀਮ ਵੱਲੋਂ ਕੀਤਾ ਗਿਆ ਵਾ 4100 ਰੁਪਏ ਦਾ ਜੀ। ਬਹੁਤ ਵੱਡਾ ਧੰਨਵਾਦ ਪੱਪੀਆਂ ਟੀਮ ਦਾ ਜੀ, 4100 ਦਾ ਵੱਡਾ ਸਨਮਾਨ ਕੀਤਾ ਗਿਆ ਗੁਰੂ ਭਰ ਜੀ ਦਾ। ਸਾਰੇ ਸਰਕਾਰ ਵੀਰਾਂ ਵੱਲੋਂ ਕੀਤੇ ਜਾਂਦੇ ਆ ਔਰ ਵਿਸ਼ੇਸ਼ ਤੌਰ ਤੇ ਧੰਨਵਾਦ ਸਾਰੇ ਸਰਕਾਰੀ ਵੀਰਾਂ ਨੂੰ। ਸਿੱਖ ਸਰਦਾਰ ਪੁਰਾਣੀਆਂ ਦੇ ਸਨਮਾਨ ਜਿਹੜੇ ਫੁੱਟਬਾਲ ਦੇ ਟੂਰਨਾਮੈਂਟ ਵੀ ਕੀਤੇ ਗਏ ਕ੍ਰਿਕਟ ਦੇ ਵੀ ਸਾਡੀ ਪ੍ਰਬੰਧਕੀ ਕਮੇਟੀ ਵੱਲੋਂ ਜਿਹੜੇ ਕੀਤਾ ਜਾ ਰਿਹਾ ਵਿਸ਼ੇਸ਼ ਤੌਰ ਤੇ ਧੰਨਵਾਦ ਗੁਰੂ ਘਰ ਜੀ ਦਾ ਸਨਮਾਨ। ਗੁਰੂ ਭਰ ਜੀ ਦਾ ਸਨਮਾਨ ਕੀਤਾ ਜਾ ਰਿਹਾ ਕਮੇਟੀ ਵੱਲੋਂ, ਬਹੁਤ ਵੱਡਾ ਧੰਨਵਾਦ ਜੀ। सैकेंड प्राइज प्राप्त करते पे जी मुख मेहमान साहब तो रशीन की टीम सैकेंड रही है, रशीन की टीम प्राइज सैकेंड हो रही है जी। लो जी अज की जी पहले नंबर की टीम आई है खंडूर की है जी, अपना प्राइज प्राप्त कर रही है जी मुख मेहमान। ਫੇਰ ਕੀ ਹੁੰਦਾ ਹੁੰਦਾ ਗੈਰੀ ਹੜ ਯਾਰ ਨਾਲ ਕੀ ਯਾਰ ਠੀਕ ਹੈ ਜੀ ਆ ਰਿਹਾ ਕਰੀ ਤਾੜੀਆਂ ਮਾਰ ਦੋ ਵੀ ਮੰਡਾ ਦੇ ਜਾਂਦੇ ਥੋੜਾ ਕਿੱਥੇ ਆ ਥੋੜਾ ਤੇ ਆ ਰਿਹਾ ਮੰਡਾ ਦੇ ਜਾਂਦੇ ਬਹੁਤ ਕੰਮ ਕਰਦੇ ਆ ਦੋ ਦੇ ਘਰ ਵਾਲੇ ਸਾਡੇ ਨੇ ਹਾਂ ਪਾ ਲਓ ਬੜੀ ਕਲੇਰਾ ਵਾਲਾ ਸਮਾਨ ਹੈ ਕਰੀ ਤਾੜੀਆਂ ਮਾਰ ਦੋ ਵੀ ਮੰਡਾ ਦੇ ਜਾਂਦੇ ਚਾਂਦੀ ਦੇ ਕੜੇ ਦਾ ਸਨਮਾਨ ਹੋ ਰਿਹਾ ਜੀ। ਮੈਨ ਆਫ ਦ ਸੀਰੀਜ਼ ਅੱਜ ਗੱਗੀ ਜੋਧਾ ਰਿਹਾ ਜੀ, ਬਹੁਤ ਤਕੜੀ ਬੈਟਿੰਗ ਕੀਤੀ ਹੈ ਮੁੰਡੇ ਨੇ।
ਅੱਜ ਦੇ ਟੂਰਨਾਮੈਂਟ ਦੀ ਮੈਨ ਆਫ ਦੀ ਸੀਰੀਜ਼ ਗੱਗੀ ਜੋਧਾ ਜੀ ਬੈਸਟ ਬੈਟਸਮੈਨ ਜੀ ਗੋਲੂ ਪਟਲਾ ਰਿਹਾ ਜੀ ਅੱਜ ਦੇ ਟੂਰਨਾਮੈਂਟ ਦਾ ਬੈਸਟ ਬੈਟਸਮੈਨ ਗੋਲੂ ਪਟਲਾ ਰਿਹਾ ਜੀ ਗੋਲੂ ਪਟਲਾ ਖੜ ਜਾ ਵੀਰੇ ਆ ਜਾ ਉਹਦਾ ਨਾਲ ਖੇਡਣ ਉਹਦਾ ਮੈਡਨ ਓਵਰ ਹੈ ਬਾਈ ਉਹਦਾ ਨਾਲ ਖੇਡਣ